तो सदे पे वे सारा पानी दाखिल थी गए। अस्सलाम वालेकुम, क्या हाल है? ठीक है? तभी ऐसी ठीक है। मैं मोहम्मद आमिर चूसरे दे पे यूट्यूब चैनल बुराना टीवी। कहीं टाइम टाइम थी ना बे, सुबह सुबह 6:30 दा, ते थोड़ी देर पहले उठे हैं, नमाज पढ़ी है अल्हम्दुलिल्लाह। ता वाल मैं सोचे क्यों ना अपने व्यूअर को इतना माहौल लिखाऊं। अगर सारे चैनल ते नवे आए तो मोस्ट वेलकम, सारे चैनल को सब्सक्राइब कर गिनो, वीडियो लाइक शेयर जरूर करे सो तो मजीद करे नया व्लॉग स्टार्ट। ਨੇ ਬਦਨੇ ਆ ਭਾਣੇ ਛੋਣ ਸਵੇਰੇ ਸਵੇਰੇ ਢਾਂਡੇ ਕੱਢਨੇ ਆ ਵਗਾ ਛੱਟ ਸੱਚੇ ਸੇ ਇੰਟੇ ਤੂੰ ਸਦੇ ਤੇ ਪਰ ਤਾਂ ਮਦੀ ਛੋਟਾ ਬਈ ਢਾਂਡੇ ਖੁਲੇਂਦਾ ਵੇਂ ਤੇ ਮੈਂ ਨਾਲ ਵੇਂ ਨਾ ਢਾਂਡੇ ਖੁਲਵੇਂ ਨਾ। ਫਾਈਨਲੀ ਗਾਇਸ ਢਾਂਡੇ ਬਦਵਾ ਮਰ ਤੋਂ ਬਾਅਦ ਹੀ ਟਾਈਮ ਆ ਚੁੱਕਿਆ ਚੁੱਲ ਤੇ ਤਾਂ ਇੱਥਾਂ ਪੀਂਦੇ ਪਏ ਹਾਂ ਚਾਏ। ਜੈਸਾ ਕਿ ਤੁਸੀਂ ਦੇਖ ਸਕਦੇ ਹੋ ਤਾਂ ਅਸਾਂ ਪੀਂਦੇ ਹਾਂ ਚਾਏ। ਸਵੇਰੇ ਸਵੇਰੇ ਕੰਮ ਸ਼ੁਰੂ ਕੀਤੀ ਖੜਾ ਹੈ। ਹਾਂ ਬਈ ਵਾਹ ਮਾਸ਼ਾਅੱਲਾ। ਯਾਰ ਯੱਕਾ ਘਰ ਲਾ ਆਵੇ ਸੋਜਾ ਕੋਈ ਗੁੰਨਾ ਜੁਗ ਸਜੇ ਹੋਇਆ। ਅੱਛਾ ਅੱਛਾ ਚੱਲ ਲੋ ਸਹੀ ਸੁਣਾ। ਉਠਾਂਡੇ ਅੰਦਰ ਬਦੇ ਨੇ ਬਾਹਰੋਂ ਸਰਦੀ ਤਾਂ ਨਹੀਂ ਪਾਉਂਦੀ ਪਈ? ਸਰਦੀ ਪਾਉਂਦੀ ਨਹੀਂ ਪਈ। ਚਲੋ ਧਿਆਨ ਕਰਾਇਆ, ਮਿੱਟੀ ਠੱਡੀ ਹੈ, ਬੁਖਾਰ ਨਾ ਆਵੇ। ਕੱਲ ਨਲਕਾ ਖਰਾਬ ਥੀ ਗਿਆ, ਇਹਦਾ ਇੱਥੋਂ ਵਾਲਾ ਟੁੱਟ ਗਿਆ ਖੋਲ ਪੇ। ਇਹ ਤੂੰ ਸਦੇ ਦੇ ਪੇ ਅੱਜ ਭਾਈ ਹੋਣੀ ਬੜੀ ਦੂਰ ਚ ਪਾਣੀ ਭਰਨ ਦੇ ਸਰਦੀ ਲੱਗੀ ਹੋ ਰਹੀ ਹੈ। ਹਾਂ ਤਸਵੀਰ ਬਣ ਗਈ। ਬਜ਼ੁਰਗ ਗੱਲੇ ਪੁੱਛੇ ਸੀ ਵਾ ਯਾਰ, ਅਸਾਂ ਤਾਂ ਬੁੱਢੇ ਬੰਦੇ ਆ, ਸਾਗੂ ਸਰਦੀ ਲੱਗਦੀ ਹੈ, ਤੁਹਾਕੂ ਤਾਂ ਜਵਾਨੀ ਤੁਹਾਕੂ ਕੁਝ ਨਹੀਂ ਥੀਂਦਾ। ਅਸੀਂ ਗੱਲ ਲੁਕੇ ਵਧਿਆ, ਲੁਕਾਰ ਸ਼ੁਕਾਰ ਵਾਲੇ ਟੀ ਵਧਿਆ। ਤਾਂ ਮਜ਼ੀਦ ਸਾਡੇ ਨਾਲ ਰਾਸੋ, ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਗਿਨਸੋ। ਫਾਈਨਲੀ ਗਾਇਸ ਅਲਹਮਦੁਲਿਲਾ ਨਾਸ਼ਤਾ ਕੀਤਾ ਸਾਗ ਨਾਲ। ਤਾਂ ਅੱਜ ਮੈਂ ਪਹਿਲੀ ਦਫ਼ਾ ਸਾਗ ਪਕਾਇਆ ਸਾਂ, ਹਾਲੀ ਸਾਗ ਦੀ ਮੌਸਮ ਦਾ ਕਹਿ ਨਹੀਂ, ਹਾਲੀ ਹੇ ਦੇਰ ਸਾਗ ਕੋ ਤਾਂ ਵਾਲੀ ਇੱਕ ਰਿਸ਼ਤੇਦਾਰ ਦਾ ਥੀ ਆਪੀ ਆਪ ਆਟੇ ਹੈ ਅਤੇ ਪਕਾਇਆ ਸੀ ਸਾਗ ਕਾਫੀ ਸ਼ੌਂਕ ਨਾਲ ਖਾਣਾ ਮੈਂ ਖਾਸ ਤੌਰ ਤੁਹਾਨੂੰ ਦਿਖਾ ਹੈ ਦੇਸੀ ਘਿਓ ਵੀ ਆਈ ਨਾਲ। ਹਾਂ ਗਾਇਸ, ਕਲੋਕਾ 10 ਵਜੇ ਦਾ ਅਸੀਂ ਟਿਊਬਵੈਲ ਚਲਾਏ ਕੱਲ। ਹਾਂ 10 ਵਜੇ ਚਲਾਇਆ ਅਤੇ ਰਾਤ ਵੱਲ 6-7 ਵਜੇ ਬੰਦ ਕਰ ਦਿੱਤਾ ਸੀ ਕੱਲ ਸ਼ਾਮ ਨੂੰ, ਕਿਉਂਕਿ ਸਰਦੀ ਹੁੰਦੀ ਹੈ ਜਿਹਦੀ ਵਜ੍ਹਾ ਤੋਂ ਵੱਲ ਥੋੜ੍ਹੀ 5-7 ਵਜੇ ਜ਼ਮੀਨ ਬਚ ਗਈ, ਉਹ ਹੁਣ ਵੇਹਦੇ ਪਏ ਪਿਲਾਵਣ। ਉਹ ਅੱਬੂ ਹੋਣੀ ਵੱਡੇ ਵੇਲੇ ਦੇ ਸੁਬਹ ਦੇ ਨਮਾਜ਼ ਪਾਠ ਦੇ ਗਏ ਹਨ ਪਏ, ਉਹ ਟਿਊਬਵੈਲ ਚਲਾਈ ਖੜੇ ਅਤੇ ਹੁਣ ਜੁਲਦੇ ਆ ਉਹਨੇ ਰੋਟੀ ਦੇਣ ਹੈ ਵੱਲ ਮਦੀਦ ਤੁਹਾਨੂੰ ਉੱਥੋਂ ਦਾ ਮਾਹੌਲ ਲਿਖੇ ਨੇ ਸਾਡੇ ਨਾਲ ਦੱਸ ਹੋ ਕਿੰਨੀ ਥੋੜ੍ਹੀ ਨਹੀਂ ਹਵਾ ਘੱਟ ਇਹਦੇ ਵੱਲ ਛੋਟੇ ਬਾਈ ਕੋ ਮੈਂ ਭੇਜੇ, ਮੈਂ ਕਿਹਾ ਵਾਂਝ ਹਵਾ ਬਰਵਾ ਵਾ ਵੱਲ ਹੋ ਗਈ ਆਵਦੇ ਹਵਾ ਬਰਵਾਵਣ, ਹਵਾ ਬਰਵਾ ਅਤੇ ਆਵੇਂਦੇ ਵੱਲ ਜੁਲਦੇ ਆ ਉਹਨੇ ਖੂਹ ਤੇ ਅੱਬੂ ਕੋ ਰੋਟੀ ਦੇਣ ਹੈ ਅਤੇ ਵੱਲ ਪਤਾ ਕਰਨੇ ਆ ਚੌਕੀ ਪੀਟ ਗਈ ਹੈ ਬਈ। ਆਈਆ ਇਤਨੀ ਦੇਰ ਕਿਉਂ ਲਾ ਦਿੱਤੀ? ਦੁਕਾਨ ਬੰਦ ਹੈ ਵੱਲ ਹੁਣ ਖੁੱਲੀ ਹੈ ਲੱਗਦਾ ਤਾਂ ਨਹੀਂ ਭਰਵਾ ਆਇਆ ਹੋਵੇ, ਕਿਉਂ ਕੀ ਭਰਵਾਈ ਆ ਜੀ ਨਾ। ਫਾਈਨਲੀ ਗਾਇਸ ਛੋਟਾ ਬਾਈ ਹਵਾ ਭਰਵਾ ਤੇ ਆ ਗਏ ਤੇ ਹੁਣ ਅੱਬੂ ਦਾ ਨਾਸ਼ਤਾ ਚ ਆ ਗਈ ਦੇ ਤੇ ਹੁਣ ਵੱਲ ਜੁਲਦੇ ਪਏ ਉਹਦੇ ਅੱਬੂ ਹੋਣੇ ਕੋਲ, ਉਹਨੇ ਨੂੰ ਨਾਸ਼ਤਾ ਦੇਣੇ ਵੱਲ ਮਜ਼ੀਦ ਤੁਹਾਨੂੰ ਮਾਹੌਲ ਲਿਖੇ ਨੇ। बहकी सभी जुबां है, हम हैं हजारों में, अब की कमी जरा है, हर चीज खास है, अब है जो है वो समा है, तुम रह सके तो रबा है, अब है जो है वो समा है, तुम रह सके ऐसी जीत, अब चाहे जिंदगी ऐसी जीत। पहुंच चुकी है पहुंचा तो बाद अब गुनाह करी थे घर अबू ने आके थोड़ी देर तक डीजल आने भी डीजल की जरूरत पोसी तो वाल जुलते हैं डीजल गिनने वाल थोड़ी देर तक आसू वापस। फाइनली गाइस टाइम में छोटे भाई दी कॉल आई है, उन्हें आके बैठ रहे ना
ਅਬੂ ਡੀਜ਼ਲ ਮੰਗਦਾ ਪਏ ਤੇ ਹੁਣ ਕਿਹਨ ਚਾਹ ਗਈ ਦੀਸੇ ਜੁਲ ਕੇ ਡੀਜ਼ਲ ਗਿੰਨੇ ਵੱਲ ਜੁਲਦੇ ਹੈ ਅਬੂ ਕੋਲ ਉਹਨੇ ਡੀਜ਼ਲ ਦੇਣੇ ਹੈ ਮਜ਼ੀਦ ਵੱਲ ਡੀਜ਼ਲ ਖੇਣੀ ਨੂੰ ਵੱਲ ਮਿਲਦੇ ਹੈ ਵੀਡੀਓ ਇਹ 5 ਦਾ ਡੀਜ਼ਲ ਡਾਂ ਦੀ ਕੋਈ ਉਮੀਦ ਹੈ ਸਹੀ ਕੋਈ ਸਮਝ ਨਹੀਂ गाइस ही टाइम डीजल गिनते हैं खाद चाती से अबू आगे थोड़ी सी खाद पाती हुई मझोले तो हूँ खाद पा तो जुलते पे वाल अबू को मजीद बाबू थी वहीं माहौल दिखेने हैं फाइनली गाइस ट्रैक्टर डीजल पाते से डीजल पावन तो बाद अबू ने मेरे को आखे कि जी खाद चाहिए उन्हें ए वन पानी लोड़ आते हूँ जुलते हैं पानी लूने मजीद थोड़ा उठ का माहौल लिखेने हैं उम्मीद करेने थोड़ा को माहौल अच्छा लगसी कि दिहा ते खाद की में लूड़े हैं पानी है तो जो तो इतना दा माहौल लिखा रहे हैं माशाल्लाह बहुत ही प्यारा माहौल है चाहे जिंदगी है तो इतना लोड़नी है खाद इन घाव खाद रहे होनी अबू ने आके उठाई वाली लोहड़ा ਅਤੇ ਹੁਣ ਕਹਿੰਦਾ ਸੈਟਅਪ ਬਣੇ ਨੇ ਲੋਹਣ ਦਾ ਇਹ ਲੁੱਟ ਸੀ ਪਈ ਹੈ ਖਾਦ ਤੁਸੀਂ ਦੇਦੇ ਪਏ ਮੇਰੇ ਗਾਹ ਚੁਣੀ ਪਈ ਇਹ ਤੁਸੀਂ ਦੇਦੇ ਪਏ ਵਿੱਚ ਸਾਰਾ ਪਾਣੀ ਦਾਖਲ ਥੀ ਗਏ ਅਤੇ ਖਾਦ ਘੁਲਦੀ ਪੈਂਦੀ ਹੈ ਹੁਣ ਕਾਫੀ ਹੌਲਾ ਥੀ ਗਏ ਪਹਿਲੇ ਦੀ ਨਿਸਬਤ ਤਾਂ ਹੀ ਟਾਈਮ ਖਾਲੀ ਥੀ ਗਏ ਬਿਲਕੁਲ ਤੁਸੀਂ ਦੇਦੇ ਪਏ ਜਿਵੇਂ ਪਾਣੀ ਅਸਰ ਰੱਖੀ ਬੈਠ ਰਹਿ ਗਿਆ ਸਾਰੀ ਖਾਦ ਲੋੜ ਗਈ ਹੈ ਤਾਂ ਹੁਣ ਮਜ਼ੇ ਜੁਲਦੇ ਹਾਂ ਘਰ ਇਹ ਟਾਈਮ ਖਾਦ ਲੋੜ ਗਈ ਸੀ ਅਤੇ ਹੁਣ ਜੁਲਦੇ ਹਾਂ ਘਰ ਆਪਣੀ ਮੋਟਰਸਾਈਕਲ 'ਤੇ ਬਣੇ ਹੈ ਤਾਂ ਫਾਈਨਲੀ ਦੋਸਤੋ ਅਬੂ ਤੇਲ ਲੈਣ ਤੋਂ ਬਾਅਦ ਘਰ ਆਏ ਘਰ ਆ ਅਤੇ ਥਾਂ ਥੋਂ ਅਤੇ ਕੱਪੜੇ ਚੇਂਜ ਕੀਤੇ ਹਨ ਅਤੇ ਵੱਲ ਮਜ਼ੀਦ ਇਹ ਟਾਈਮ ਦੀ ਨਾ ਬੇ ਅਢਾਈ ਦਾ ਤਾਂ ਮੈਂ ਸੋਚਿਆ ਕਿ ਉਹਨਾਂ ਵੀਡੀਓ ਬਣਾਉਂ ਤਾਂ ਜੁਲ ਕੇ ਨਾਲ ਬੰਦੇ ਕਾਫੀ ਇਕੱਠੇ ਥੇ ਮਿਲਦੇ ਸਿਲ ਥੱਪੀ ਨਹੀਂ ਪਏ ਥੋੜ੍ਹਾ ਉੱਥੋਂ ਦਾ ਮਾਹੌਲ ਲਿਖੇ ਨੇ ਅੱਜ 1000 ਕਿਲੇ ਉੱਤਰੀ ਵੇ ਥੱਪੀ ਬੈਠੇ ਹਾਂ ਹਾਲੀ 1200 ਥੱਪੀ ਹੈ ਗੋਦਾ ਸਹੀ ਹਾਂ ਚੌਕੀ ਹੋ ਸੀ ਜੋ ਡਾਲੇ ਬਰਸੀ ਨੇ ਇਹ ਤੂੰ ਸਦੇ ਦੇ ਪਏ ਇੱਥਾਂ ਜੋ ਡਾਲ ਸੱਠੀ ਨੇ ਅਤੇ ਬਰਸੀ ਨਹੀਂ ਸੱਠੀ ਨੇ ਵਿੱਚ ਇਹ 777 ਕਿਹੜਾ ਨੰਬਰ ਹੈ 77 ਇਹ ਕਿਹੜੇ ਬੱਠੇ ਦਾ ਹੈ ਪੀਲਾ ਲਾ ਦੇ ਅੱਛਾ 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 ਅਤੇ 77 ਕਿਹੜਾ ਹੈ ਇਹੀ ਦਾ ਉਹ ਟਾਕ ਕਿਹੜਾ ਨੰਬਰ ਚੱਲਦਾ ਉਹ ਵੀ ਹੈ ਅੱਛਾ ਅੱਛਾ ਚਲੋ ਕੁਝ ਨਹੀਂ ਸੀ ਗਵਾਹੀ ਤੁਹਾਡਾ ਕੁੰਬਾ ਗਵਾਹੀ ਤੁਹਾਡਾ ਕਪੀਲਾ ਗਵਾਹੀ ਤੁਹਾਡੇ ਬਸਤੀ ਦੇ ਲੋਕ ਗਵਾਹ ਹਾਂ ਦੋਸਤੋ ਘਰ ਦੇ ਨਾਲ ਇੱਕ ਜਲਸਾ ਆਈ ਜਲਸੇ ਦੇ ਗਿਆ ਸੀ ਮਰੀਦ ਤੁਹਾਨੂੰ ਮਾਹੌਲ ਦਿਖਾਇਆ ਅਤੇ ਰਸਤੇ 'ਚ ਕਾਫੀ ਮਿੱਟੀ ਧੋਣ ਆਈ ਅਤੇ ਹੁਣ ਹੀ ਟਾਈਮ ਆ ਗਿਆ ਘਰ ਤਾਂ ਅਬੂ ਨੇ ਆਖਿਆ ਬਈ ਜਲਸੇ 'ਤੇ ਲਾਜ਼ਮੀ ਹੋਣਾ ਤਾਂ ਮਜ਼ੀਦ ਉਮੀਦ ਕਰੇ ਨਾ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਈ ਸੀ ਅਗਰ ਵੀਡੀਓ ਅੱਛੀ ਲੱਗੀ ਹੋਈ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰੇ ਸੋ ਸਾਡਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਈ ਸੋ ਤਾਂ ਮਿਲ ਤੋਂ ਅਗਲੀ ਵੀਡੀਓ ਇਨਸ਼ਾਅੱਲਾ ਜ਼ਰੂਰ
ਤਾਂ ਸਾਡੇ ਚੈਨਲ ਨੂੰ ਜ਼ਰੂਰ ਵਿਜ਼ਿਟ ਕੀਤਾ ਕਰੋ, ਸਾਡੀਆਂ ਸਾਰੀਆਂ ਵੀਡੀਓ ਦੇਖੋ। ਉਮੀਦ ਕਰਦੇ ਨੇ ਅੱਛੀ ਤੋਂ ਅੱਛੀ ਵੀਡੀਓ ਬਣੇ ਸੋ ਅਸਾਂ ਇਨਸ਼ਾਅੱਲਾ ਆਉਣ ਵਾਲੇ ਵੀ। ਤਾਂ ਅੱਲਾਹ ਹਾਫਿਜ਼।